ਦਿੱਲੀ ਸਿੰਘੂ ਬਾਰਡਰ ਦੇ ਉੱਤੇ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਡੇ ਵੱਡੇ ਪ੍ਰਬੰਧ ਕੀਤੇ ਗਏ ਸੀ, ਕੰਕਰੀਟ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਸੀ, ਦੂਰ ਦੂਰ ਤੱਕ ਸਰਕਾਰ ਨੇ ਜਿਹੜੀਆਂ ਰੋਕਾਂ ਉਹ ਕਾਇਮ ਕੀਤੀਆਂ ਸੀ ਤਾਂ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਪ੍ਰਵੇਸ਼ ਨਾ ਕਰ ਸਕਣ। ਜੀ ਹਾਂ, ਉਹੀ ਰੋਕਾਂ ਹੁਣ ਸਰਕਾਰ ਖੁਦ ਤੁੜਵਾ ਰਹੀ ਹੈ। ਜੋ ਰਸਤਾ ਪਿਛਲੇ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਬੰਦ ਹੋਏ ਨੂੰ, ਆਖਰ ਸਰਕਾਰ ਦੇ ਵੱਲੋਂ ਉਹ ਰਸਤਾ ਖੋਲਿਆ ਜਾ ਰਿਹਾ ਹੈ। ਦੱਸ ਦਈਏ ਕਿ ਜਦੋਂ ਕਿਸਾਨਾਂ ਵੱਲੋਂ ਪੰਜਾਬ ਦੀਆਂ ਜਥੇਬੰਦੀਆਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਸੀ, ਉਸ ਕਾਲ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਦੇ ਵੱਲੋਂ ਵੱਡੀਆਂ ਵੱਡੀਆਂ ਰੋਕਾਂ ਜਿਹੜੀਆਂ ਨੇ ਉਹ ਥਾਂ ਥਾਂ ਤੇ ਲਾਈਆਂ ਗਈਆਂ ਸੀ। ਸਿੰਘੂ ਬਾਰਡਰ ਜਿਸ ਥਾਂ ਦੇ ਉੱਤੇ ਸਾਲ ਤੋਂ ਵੱਧ ਸਮਾਂ ਬੈਠ ਕੇ ਕਿਸਾਨਾਂ ਨੇ ਸੰਘਰਸ਼ ਲੜਿਆ, ਉਸ ਜਗ੍ਹਾ ਨੂੰ ਸਰਕਾਰ ਨੇ ਇਸ ਕਦਰ ਪੱਕਾ ਕੀਤਾ, ਰੋਕਿਆ ਗਿਆ ਕਿ ਇੱਥੋਂ ਕਿਸਾਨ ਜਿਹੜੇ ਆ ਉਹ ਅੱਗੇ ਦਿੱਲੀ ਨਾ ਵੜ ਸਕਣ। ਉਸ ਤੋਂ ਪਹਿਲਾਂ ਕਰਨਾਲ ਦੇ ਵਿੱਚ ਵੀ ਵੱਡੀਆਂ ਰੋਕਾਂ ਲੱਗੀਆਂ ਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਵੱਡੇ ਪੱਧਰ ਦੇ ਉੱਤੇ ਰੋਕਥਾਮ ਦੇ ਪ੍ਰਬੰਧ ਕੀਤੇ ਗਏ ਸੀ। ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦਾ ਅਸੀਂ ਪੰਜਾਬ ਦੇ ਬਾਰਡਰਾਂ ਤੇ ਡਟੇ ਰਹਾਂਗੇ, ਤਾਂ ਸਰਕਾਰ ਦੇ ਵੱਲੋਂ ਸਿੰਘੂ ਬਾਰਡਰ ਦੀ ਰੋਕ ਖੋਲੀ ਜਾ ਰਹੀ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਰਿਹਾ ਕਿ ਆਪਣੇ ਵੱਲੋਂ ਖੜੀਆਂ ਕੀਤੀਆਂ ਗਈਆਂ ਉਹ ਕੰਕਰੀਟ ਦੀਆਂ ਦੀਵਾਰਾਂ, ਵੱਡੀਆਂ ਵੱਡੀਆਂ ਰੋਕਾਂ ਸਰਕਾਰ ਆਖਰ ਖੁਦ ਤੋੜ ਰਹੀ ਆ, ਖੁਦ ਉਸ ਰਸਤੇ ਨੂੰ ਖੋਲ ਰਹੀ ਆ। ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਤੇ ਡਰ ਹੁਣ ਤੱਕ ਜਿਹੜਾ ਆ ਉਹ ਸਿੰਘੂ ਬਾਰਡਰ ਤੱਕ ਪਹੁੰਚਿਆ ਹੋਇਆ ਸੀ ਕਿ ਜੇ ਕਿਸਾਨ ਸ਼ੰਭੂ ਤੋਂ ਉੱਠ ਗਏ ਤਾਂ ਕਿਤੇ ਕਿਸਾਨ ਦਿੱਲੀ ਦੇ ਵਿੱਚ ਪ੍ਰਵੇਸ਼ ਨਾ ਕਰ ਸਕਣ। ਸੋ ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਦਿੱਲੀ ਸਰਕਾਰ ਦੇ ਵੱਲੋਂ, ਸੈਂਟਰ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਗਿਆ ਸੀ, ਆਖਰ ਉਹ ਪ੍ਰਬੰਧ ਉਹਨਾਂ ਨੂੰ ਹਟਾਉਣਾ ਪੈ ਰਿਹਾ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਹੁਣ ਕਿਸਾਨ ਜਿਹੜੇ ਨੇ ਉਹ ਵੋਟਾਂ ਤੱਕ ਦਿੱਲੀ ਵੱਲ ਕੂਚ ਨਹੀਂ ਕਰਨਗੇ। ਸੋ ਇਹ ਤਸਵੀਰਾਂ ਨੇ ਜੀ ਸਿੰਘੂ ਬਾਰਡਰ ਦੀਆਂ, ਜਿੱਥੇ ਲਗਾਤਾਰ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਨੇ ਤੇ ਉਹ ਰਸਤਾ ਜਿਹਨੂੰ ਬਹੁਤ ਵੱਡੇ ਪ੍ਰਬੰਧਾਂ ਦੇ ਨਾਲ ਬੰਦ ਕੀਤਾ ਗਿਆ ਸੀ ਉਹ ਖੁੱਲ੍ਹ ਰਿਹਾ ਹੈ, ਜਿਹਦੇ ਨਾਲ ਦਿੱਲੀ ਜਾਣ ਵਾਲੇ ਲੋਕਾਂ ਨੂੰ ਜਿਹੜੀ ਆ ਸੌਖ ਮਿਲੂਗੀ, ਕਿਉਂਕਿ ਲੰਮਾ ਲੰਮਾ ਟਾਈਮ ਉੱਥੇ ਜਾਮ ਲੱਗਦਾ ਸੀ ਜਿਹਦੇ ਨਾਲ ਘੁੰਮ ਕੇ ਜਾਣਾ ਪੈਂਦਾ ਸੀਗਾ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ, ਪੰਜਾਬ ਤੋਂ ਵੀ ਜਿਹੜੇ ਏਅਰਪੋਰਟ ਲਈ ਜਾਂਦੇ ਸੀ, ਕਿਉਂਕਿ ਪਿਛਲੀ ਵਾਰੀ ਤਾਂ ਇਹ ਕਹਿ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਦੇਖੋ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਨੇ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਦਿੱਲੀ ਪਹੁੰਚਣਾ ਮੁਸ਼ਕਲ ਹੋ ਰਿਹਾ, ਪਰ ਇਸ ਵਾਰ ਤਾਂ ਪੰਜਾਬ ਦਿੱਲੀ ਦੀ ਸਰਹੱਦ 'ਤੇ ਬੈਠੇ ਵੀ ਨਹੀਂ ਹੈਗੇ ਸੀ ਪੰਜਾਬ ਦੇ ਲੋਕ, ਉਸ ਦੇ ਬਾਵਜੂਦ ਵੀ ਜਿਹੜਾ ਆ ਦਿੱਲੀ ਦੇ ਵਿੱਚ ਪਹੁੰਚਣਾ ਬੜਾ ਮੁਸ਼ਕਲ ਹੋਇਆ ਪਿਆ ਸੀ, ਪਰ ਹੁਣ ਉਹ ਰੋਕ ਸਰਕਾਰ ਦੇ ਵੱਲੋਂ ਹਟਾਈ ਜਾ ਰਹੀ ਹੈ।